आल्टो न्यूज़ चैनल दे विच तुहाडा स्वागत। पंजाब दे हर किसान लई एक जरूरी रिपोर्ट लैके हाजिर होए आ। एक साल दे विच 40 फसलां लैके खुशहाल बनो, बगैर खाद अते दवाई दे ऑर्गेनिक खेती करो। ए रिपोर्ट तुहाडे नाल सांझी करन जा रहे हां। जे तुसी साडे चैनल नूं सबसक्राइब नहीं कीता तां सबसक्राइब कर लो, नाल ही बैल आइकॉन भी दबा लो। अज असी पंजाब दे किसानां लई बहुत ही जरूरी रिपोर्ट पेश करन जा रहे हैं, जिस विच दसांगे कि किवें किसान एक साल विच 40 नालों वध फसलां लैके खुशहाल बन सकता है। ते ए जमीनी स्तर दे उत्ते पहला भी हो रहा है। फगवाड़ा नजदीक पिंड विरक अवतार सिंह फगवाड़ा खेती, जो कि ऑर्गेनिक खेती के माहर हैं, इस फर्म वालों पंजाब के किसानों नूं सद्दा भी दिता जाता है। पंजाब के बहुत सारे किसान ਉਹਨਾਂ ਦੀ ਇਸ ਖੇਤੀਬਾੜੀ ਦੀ ਤਕਨੀਕ ਨੂੰ ਜਾਣਨ ਲਈ ਉਹਨਾਂ ਕੋਲ ਪਹੁੰਚ ਵੀ ਰਹੇ ਹਨ। ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਮਪੁਰਾ ਦੇ ਕਿਸਾਨ ਸੰਤੋਖ ਸਿੰਘ ਵੀ ਉੱਥੇ ਪਹੁੰਚੇ ਤੇ ਅਵਤਾਰ ਸਿੰਘ ਦੇ ਫਾਰਮ ਨੂੰ ਦੇਖ ਕੇ ਗਦਗਦ ਹੋ ਗਏ ਤੇ ਸੰਤੋਖ ਸਿੰਘ ਇਹ ਵੀ ਕਹਿਣ ਨੂੰ ਮਜਬੂਰ ਹੋ ਗਏ ਕਿ ਇਹੋ ਜਿਹੀ ਖੇਤੀ ਪੰਜਾਬ ਦੇ ਹਰ ਕਿਸਾਨ ਨੂੰ ਕਰਨੀ ਚਾਹੀਦੀ ਹੈ। ਇਸੇ ਤੇ ਅਸੀਂ ਆਲਟੂ ਨਿਊਜ਼ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਹੈ। ਆਓ ਦੇਖਦੇ ਹਾਂ ਹਰਜਿੰਦਰ ਸਿੰਘ ਪੁੱਲਰ ਦੀ ਖਾਸ ਰਿਪੋਰਟ। ਜ਼ਿਲ੍ਹਾ ਜਲੰਧਰ ਦੇ ਤਹਿਸੀਲ ਫਲੌਰ ਪਿੰਡ ਵਿਰਕ ਸਰਦਾਰ ਅਵਤਾਰ ਸਿੰਘ ਫਾਰਮ ਹਾਊਸ 'ਤੇ ਪਹੁੰਚੇ ਹਾਂ। ਸਾਡੇ ਹੋਰ ਵੀ ਕਿਸਾਨ ਪਹੁੰਚੇ ਨੇ। ਆਹ ਜੋ ਤੁਹਾਨੂੰ ਖੇਤੀ ਦਿਖਾ ਰਹੇ ਹਾਂ, ਸਰਦਾਰ ਅਵਤਾਰ ਸਿੰਘ ਕੀਤੀ ਔਰਗੈਨਿਕ ਖੇਤੀ ਕਰ ਰਹੇ ਆ। ਇੱਕ ਬੜੇ ਵੱਡੇ ਮਾਣ ਵਾਲੀ ਗੱਲ ਆ ਕਿ ਜਿਹੜਾ ਨੇ ਕਿਸਾਨ ਨੂੰ ਜਿਹੜਾ ਮਾਣ ਦਿੱਤਾ ਵਾ, ਤਾਂ ਕਿਸਾਨ ਭਰਾਵਾਂ ਨੂੰ ਵੀ ਇਹਨਾਂ ਵੇਖ ਕੇ ਇਹ ਖੇਤੀ ਬਣਾਉਣਾ ਚਾਹੀਦਾ ਵਾ। ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਇਹ ਬਿਮਾਰੀ ਨੂੰ ਕੱਟਣਗੀਆਂ ਜਿਹੜੀਆਂ ਫਸਲਾਂ ਨੇ। ਕੋਈ ਦਵਾਈ ਨਹੀਂ, ਕੋਈ ਖਾਦ ਨਹੀਂ ਪੈ ਰਹੀ, ਬਿਲਕੁਲ ਔਰਗੈਨਿਕ ਖੇਤੀ ਤਿਆਰ ਕੀਤੀ ਜਾ ਰਹੀ ਆ। ਇਹਦੇ ਵਿੱਚ 4 ਵਰਾਇਟੀਆਂ ਨੇ, ਨਾਲ ਪਿਆਜ਼ ਆ, ਨਾਲ ਮਿਰਚ ਆ, ਨਾਲ ਹੀ ਕਮਾਲ, ਨਾਲ ਹੀ ਗੋਭੀ ਆ। ਇਹਦੇ ਵਿੱਚ 4 ਫਸਲਾਂ ਇਹਨਾਂ ਨੇ ਕਾਮਯਾਬ ਕੀਤੀਆਂ ਨੇ। ਜਿਹੜਾ ਗੰਨਾ ਆ, ਸਾਲ ਬਾਅਦ ਹੋਣ ਦੇ ਬਾਵਜੂਦ ਇਹ 1250 ਪੂਰੀ ਲੱਗਦੀ ਆ। 1250 ਪੂਰੀ ਲਾਉਣ ਦੇ ਬਾਵਜੂਦ ਇਹ ਗੰਨਾ ਜਿਹੜਾ 450 ਕੁਇੰਟਲ ਤੱਕ ਇਹ ਨਿਕਲ ਜਾਂਦਾ ਵਾ। ਬਾਕੀ ਮਿਹਨਤ ਦੀ ਲੋੜ ਪੈਂਦੀ ਆ, ਮਿਹਨਤ ਕਰਨਾ ਵੀ ਸਾਡਾ ਫਰਜ਼ ਆ। ਹੁਣ ਸਾਡੇ ਨਾਲ ਸਰਦਾਰ ਸੰਤੋਖ ਸਿੰਘ ਜੀ, ਜਿਹੜੇ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਸ਼ਾਮਪੁਰਾ ਤੋਂ ਆਏ ਆ, ਉਹਨਾਂ ਕੋਲ ਜਾਣਾਂਗੇ ਕਿ ਉਹਦਾ ਖੇਤੀ ਵੇਖਣ ਆਏ ਵੀ ਖੇਤੀਬਾੜੀ ਕੀ ਕਹਿਣਾ ਚਾਹੁੰਦੇ। ਹਾਂਜੀ ਭਾਅ ਜੀ, ਅੱਜ ਅਸੀਂ ਡੇਰਾ ਬਾਬਾ ਨਾਨਕ ਤੋਂ ਫਗਵਾੜੇ ਜ਼ਿਲ੍ਹੇ ਦੇ ਵਿਰਕ ਪਿੰਡ ਸਰਦਾਰ ਅਵਤਾਰ ਸਿੰਘ ਵਿਰਕ ਦੇ ਫਾਰਮ 'ਚ ਪਹੁੰਚੇ ਹਾਂ। ਅਸੀਂ ਯੂਟਿਊਬ 'ਤੇ ਵੇਖਿਆ ਸੀ ਵੀ ਇਹਨਾਂ ਦੀ ਖੇਤੀ ਜਿਹੜੀ ਹੈ, ਇੱਕ ਖੇਤ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਫਸਲਾਂ ਪੈਦਾ ਕਰਦੇ ਨੇ। ਅੱਜ ਇੱਥੇ ਆਣ ਕੇ ਵੇਖਿਆ ਕਿ ਇਹਨਾਂ ਨੇ ਬੈੱਡਾਂ ਦੇ ਉੱਤੇ ਲੈਣਾਂ ਦੇ ਵਿੱਚ ਕਮਾਦ ਲਾਇਆ ਅਤੇ ਉਹਨਾਂ ਬੈੱਡਾਂ ਦੇ ਉੱਤੇ ਗੋਭੀ ਵੀ ਲੱਗੀ ਹੈ ਅਤੇ ਨਾਲ ਉਹਨਾਂ ਦੇ ਪਿਆਜ਼ ਵੀ ਦੀ ਖੇਤੀ ਵੀ ਲੱਗੀ ਹੈ। ਅਤੇ ਇਹ ਬਿਲਕੁਲ ਆਰੀ ਦੇ ਵਿੱਚ ਪਾਣੀ ਦੀ ਵੀ ਖਪਤ ਵੀ ਬਹੁਤ ਘੱਟ ਆ। ਖੇਲਾਂ 'ਚ ਸਿਰਫ ਸਲਾਬ ਕਮਾਦ ਨੂੰ ਵੀ ਅਤੇ ਫਸਲਾਂ ਨੂੰ ਚੜ੍ਹਦੀ, ਪਾਣੀ ਦੀ ਵੀ ਬੱਚਤ ਅਤੇ ਖਾਦਾਂ ਦੀ ਅਤੇ ਦਵਾਈਆਂ ਦੀ ਵੀ ਬੱਚਤ। ਅਤੇ ਉਹਦੇ ਨਾਲ ਅਸੀਂ ਲਗਭਗ ਅੰਦਾਜ਼ਾ ਲਾਇਆ ਕਿ ਇਹ ਸਾਲ ਦੇ ਵਿੱਚ 3,00,000 ਰੁਪਈਆ ਘੱਟੋ ਘੱਟ ਇੱਕ ਏਕੜ ਤੋਂ ਕਮਾਈ ਕਰ ਰਹੇ ਨੇ। ਅਤੇ ਸਾਨੂੰ ਇਹ ਬੜੀ ਵਧੀਆ ਤਕਨੀਕ ਲੱਗੀ ਆ। ਥੋੜ੍ਹਾ ਜਿਹਾ ਦਿਮਾਗ 'ਤੇ ਬੋਝ ਪਾਉਣ ਦੀ ਲੋੜ ਆ, ਉਹਦੇ ਤੋਂ ਬਾਅਦ ਕਿਸਾਨ ਦੀ ਆਮਦਨ ਵੱਧ ਸਕਦੀ ਆ ਅਤੇ ਉਹਦੀ ਜ਼ਿੰਦਗੀ ਜਿਹੜੀ ਖੁਸ਼ਹਾਲ ਹੋਏਗੀ। ਇਹ ਬਹੁਤ ਵਧੀਆ ਤਰੀਕਾ ਆ। ਇਹਦੇ ਵਿੱਚ ਇੱਕ ਨਹੀਂ, ਮਿਰਚਾਂ ਵੀ ਲੱਗੀਆਂ, ਗੋਭੀ ਵੀ ਲੱਗੀ ਆ, ਪਿਆਜ਼ ਵੀ ਲੱਗਾ, ਧਨੀਆ, ਪਾਲਕ ਵੀ ਲੱਗਾ, ਕਮਾਦ ਵੀ ਲੱਗਾ। 95 ਕਮਾਦ ਜਿਹੜਾ ਵੇਖਣ ਨੂੰ ਐਡਾ ਤੰਦਰੁਸਤ ਆ ਕਿ ਉਹ ਜੇ ਚੰਗੀ ਉਹਦੀ ਸਾਂਭ ਸੰਭਾਲ ਕੀਤੀ ਜਾਏ ਤਾਂ ਉਹ 800-900 ਕੁਇੰਟਲ ਦੇ ਲਗਭਗ ਨਿਕਲੇਗਾ। ਤਾਂ ਉਹਦਾ ਅੰਦਾਜ਼ਾ ਆਪ ਹੀ ਲਾ ਲਓ ਕਿ ਕਿੰਨੀ ਆਮਦਨ ਹੁੰਦੀ ਆ। ਅਤੇ ਮੈਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਾਂਗਾ ਕਿ ਘੱਟ ਪਾਣੀ ਅਤੇ ਘੱਟ ਖਾਦ ਦਵਾਈਆਂ ਪਾ ਕੇ ਇਹੋ ਜਿਹੀ ਖੇਤੀ ਬਣਾਓ।